ਸੋਸ਼ਲ ਮੀਡੀਆ ਦੀ ਗੱਲ ਕਰੀਏ ਤੇ ਆਏ ਦਿਨ ਤਰ੍ਹਾਂ ਤਰ੍ਹਾਂ ਦੀਆਂ ਵਾਇਰਲ ਵੀਡੀਓ ਵੇਖਣ ਨੂੰ ਮਿਲਦੀਆਂ। ਈਵਨ ਪੰਜਾਬੀ ਚੈਨਲ ਦੀ ਕੋਸ਼ਿਸ਼ ਹਮੇਸ਼ਾ ਇਹ ਰਹੀ ਹੈ ਕਿ ਵਾਇਰਲ ਵੀਡੀਓ ਨੂੰ ਦਿਖਾਉਣ ਦਾ ਜਿਹੜਾ ਮੁੱਖ ਮਤਲਬ ਮੰਤਵ ਹੈ ਉਹ ਇਹ ਹੈ ਕਿ ਲੋਕ ਕਿਸ ਤਰ੍ਹਾਂ ਸੁਚੇਤ ਹੋ ਜਾਣ। ਕਈ ਵਾਰੀ ਅਸੀਂ ਵਾਇਰਲ ਵੀਡੀਓ ਦੇ ਐਂਡ ਦੇ ਵਿੱਚ ਇਹ ਜ਼ਰੂਰ ਗੱਲ ਕਹਿੰਦੇ ਹਾਂ ਕਿ ਇਹ ਕੱਲ੍ਹ ਨੂੰ ਤੁਹਾਡੇ ਨਾਲ ਵੀ ਹੋ ਸਕਦਾ ਹੈ। ਬਿਲਕੁਲ ਜੀ, ਅੱਜ ਦੀ ਵੀ ਵਾਇਰਲ ਵੀਡੀਓ ਕੁਝ ਅਜਿਹੀ ਹੈ ਕਿ ਇੱਕ ਲੜਕੀ ਹੈ ਜੋ ਸੁੰਨਮਸਾਨ ਰਸਤੇ 'ਤੇ ਡਿਊਟੀ 'ਤੇ ਜਾ ਰਹੀ ਹੈ ਜਾਂ ਡਿਊਟੀ ਤੋਂ ਆ ਰਹੀ ਹੈ। ਪਿੱਛੋਂ ਇੱਕ ਮੋਟਰਸਾਈਕਲ ਸਵਾਰ ਆ ਰਿਹਾ ਔਰ ਉਸਨੇ ਝਪਟ ਦੇ ਨਾਲ ਲੜਕੀ ਦਾ ਪਾਇਆ ਹੋਇਆ ਪਰਸ ਖੋਇਆ ਔਰ ਜਿਸ ਨੂੰ ਲੜਕੀ ਨੇ ਬਚਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਅੱਗੇ ਜਾ ਕੇ ਉਹ ਗਿਰ ਗਈ। ਲੇਕਿਨ ਗਿਰਨ ਤੋਂ ਬਾਅਦ ਫਿਰ ਉਹ ਲੜਕੀ ਨੇ ਲੜਕੇ ਦਾ ਪਿੱਛਾ ਕੀਤਾ। ਪਹਿਲਾਂ ਤੁਸੀਂ ਇਹ ਪੂਰੀ ਵੇਖ ਲਓ ਵਾਇਰਲ ਵੀਡੀਓ। ਦੋਸਤੋ, ਇਸ ਲੜਕੀ ਨੇ ਕੋਸ਼ਿਸ਼ ਤਾਂ ਕੀਤੀ ਹੈ ਪਰ ਆਪਣੀ ਕੋਸ਼ਿਸ਼ ਵਿੱਚ ਨਾਕਾਮ ਰਹੀ ਹੈ, ਪਰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਅਗਲੀ ਜਿਹੜੀ ਨਾਲ ਦੀ ਇਹਦੇ ਖਬਰ ਹੈ ਉਹ ਬੜੀ ਹੀ ਤਸੱਲੀ ਵਾਲੀ ਹੈ ਔਰ ਜਿਹੜਾ ਮੈਂ ਨੰਬਰ ਮੋਟਰਸਾਈਕਲ ਦਾ ਤੁਸੀਂ ਵੇਖੋਗੇ ਸਕਰੀਨ 'ਤੇ, ਉਸ ਨੰਬਰ ਦੀ ਆਪਾਂ ਕਿਤੋਂ ਵੀ ਸਰਚ ਕਰ ਸਕਦੇ ਹਾਂ। ਇਸ ਦੀ ਪੂਰੀ ਜਿਹੜੀ ਫੁਟੇਜ ਹੈ ਉਹ CCTV ਵਿੱਚ ਕੈਦ ਹੋ ਗਈ ਹੈ ਔਰ ਲੜਕੇ ਦਾ ਚਿਹਰਾ ਵੀ ਸਾਫ਼ ਨਜ਼ਰ ਆ ਰਿਹਾ ਔਰ ਮੋਟਰਸਾਈਕਲ ਦਾ ਨੰਬਰ ਵੀ ਸਾਫ਼ ਨਜ਼ਰ ਆ ਰਿਹਾ ਔਰ ਹੁਣ ਸਿਰਫ ਸਰਚ ਕਰਨ ਦੀ ਜ਼ਰੂਰਤ ਹੈ ਇਸ ਮੋਟਰਸਾਈਕਲ ਦੇ ਦਿੱਤੇ ਹੋਏ ਨੰਬਰ। ਨੰਬਰ ਤੋਂ ਬਾਅਦ ਪਤਾ ਲੱਗ ਜਾਏਗਾ ਕਿ ਇਹ ਕੌਣ ਸ਼ਖਸ ਹੈ, ਕਿੱਥੋਂ ਦਾ ਰਹਿਣ ਵਾਲਾ ਹੈ, ਕਿਉਂਕਿ ਚਿਹਰਾ ਵੀ ਸਾਫ਼ ਨਜ਼ਰ ਆ ਰਿਹਾ ਹੈ। ਔਰ ਈਵਨ ਪੰਜਾਬੀ ਦੀ ਇਸ ਖਬਰ ਨਸ਼ਰ ਕਰਨ ਤੋਂ ਬਾਅਦ ਸਾਨੂੰ ਉਮੀਦ ਹੈ ਕਿ ਜ਼ਰੂਰ ਇਹ ਲੜਕਾ ਪੁਲਿਸ ਦੇ ਹੱਥੇ ਚੜ੍ਹ ਜਾਏਗਾ, ਕਾਨੂੰਨ ਆਪਣੇ ਹਿਸਾਬ ਦੇ ਨਾਲ ਕੰਮ ਕਰੇਗਾ ਔਰ ਇਸ ਲੜਕੀ ਨੂੰ ਮਿਲੇਗਾ ਇਨਸਾਫ਼।